ਸਾਰਿਆਂ ਨੂੰ ਅਸਲਾਮ ਵਾਲੇਕੁਮ। ਸੋ ਆਜ ਮੈਂ ਪੰਜਾਬੀ ਵਿੱਚ ਗੱਲ ਕਰਾਂਗੀ ਔਰ ਮੈਨੂੰ ਪੰਜਾਬੀ ਕੱਖ ਨਹੀਂ ਆਉਂਦੀ, ਫਿਰ ਵੀ ਮੈਂ ਕਰਾਂਗੀ, ਕੋਸ਼ਿਸ਼ ਤਾਂ ਕਰਾਂਗੀ ਕਿ ਅੱਛੀ ਪੰਜਾਬੀ ਬੋਲਣਾ ਕਿਆ ਬੋਲਚਾ ਬੋਲਸਾਂ ਪਤਾ ਨਹੀਂ, ਆਈ ਡੋਂਟ ਨੋ ਮੈਂ ਕਿਆ ਬੋਲੂੰ, ਸੋਰੀ ਮੈਨੂੰ ਨਹੀਂ ਪਤਾ ਮੈਂ ਕੀ ਕਹਿੰਦੀ ਭਈਆ ਕਿਆ ਮੁਝੇ ਨਹੀਂ, ਆਈ ਡੋਂਟ ਨੋ ਮੁਝੇ ਨਹੀਂ, ਮੈਨੂੰ ਨਹੀਂ ਪਤਾ ਕਿ ਮੈਂ ਕੀ ਕਹਿੰਦੀ ਪਈ ਹਾਂ, ਸੋਰੀ ਫੋਰ ਦਿਸ, ਔਰ ਮੈਂ ਕਹਿ ਰਹੀ ਹਾਂ ਕਿ ਮੈਨੂੰ ਕੱਖ ਨਹੀਂ ਪੰਜਾਬੀ ਆਉਂਦੀ, ਫਿਰ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਅੱਛੀ ਤੋਂ ਅੱਛੀ ਪੰਜਾਬੀ ਬੋਲਾਂ। ਔਰ ਅਭੀ ਅਸੀਂ ਸਭ ਬੈਠੇ ਹਾਂ ਇੱਧਰ, ਮੈਨੂੰ ਪੰਜਾਬੀ ਸਮਝ ਆਉਂਦੀ ਬਟ ਬੋਲਣੀ ਕੱਖ ਨਹੀਂ ਆਉਂਦੀ। ਸੋ ਸਭ ਪੰਜਾਬੀ ਮੈਂ ਗੱਲ ਕਰ ਰਹੇ ਕਿਆ ਬੋਲੇਂਗੇ, ਗੱਲ ਕਰਦੇ ਹੈ ਪਤਾ ਨਹੀਂ ਆਇਆ, ਗੱਲ ਕਰਦੇ ਹੈ ਔਰ ਮੈਨੂੰ ਸਮਝ ਆਉਂਦੀ ਬਟ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਪੰਜਾਬੀ ਬੋਲਾਂ ਲੇਕਿਨ ਮੁਝਸੇ ਬੋਲਾਂ ਨਹੀਂ ਜਾ ਮੁਝਸੇ। ਅਭੀ ਮੈਂ ਬੈਠੀ ਹਾਂ ਔਰ ਮੇਰੇ ਘਰ ਵਾਲੇ ਆਪਸ ਮੈਂ ਪੰਜਾਬੀ ਵਿੱਚ ਬਾਤ ਕਰੀ ਔਰ ਮੈਂ ਸੋਚਿਆ ਕਿ ਮੈਂ ਮੋਬਾਈਲ ਨਿਕਾਲਾਂ, ਮੈਂ ਆਪਣੀ ਪੰਜਾਬੀ ਬੋਲਣਾ ਸ਼ੁਰੂ ਕਰਾਂ ਪੰਜਾਬੀ, ਔਰ ਘਰ ਵਾਲੇ ਚੁੱਪ ਹੋ ਚੁੱਕੇ ਹੈ, ਚੁੱਪ ਹੋ ਗਏ ਹੈ, ਕਰਾਂ ਕਿਆ ਕਹਿੰਦੇ ਮੁਝੇ ਇੱਥੇ ਪੰਜਾਬੀ, ਮੈਂ ਇੱਥੇ ਪੰਜਾਬੀ ਨਾ ਬੋਲ ਸਕਦੀ ਹਾਂ ਤੋ ਸਹਿਲੋ ਇਤਨਾ ਹੀ ਸਹਿਲੋ। ਸੋ ਅਭੀ ਮੈਂ ਆਈ ਥਿੰਕ ਮੈਂ ਸੋਚਣੇ ਲੱਗੀ, ਮੈਂ ਸੋਚਿਆ ਕਿ ਮੈਂ ਸਿੱਧਾ ਮੋਬਾਈਲ ਲਗਾ ਲੂੰ ਔਰ ਆਪਣਾ ਹੀ ਔਰ ਆਪਣਾ ਪੰਜਾਬੀ ਬੋਲਣਾ ਸ਼ੁਰੂ ਕਰ ਸਕਦੀ ਹਾਂ ਔਰ ਇਹ ਪੰਜਾਬੀ ਅਭੀ ਮੈਂ ਜੋ ਬੋਲੀ ਹੂੰ ਆਪਣੇ ਗਲ ਵਾਲੋਂ ਕੀ ਵਜ੍ਹਾ ਘਰ ਵਾਲੋਂ ਨੌਬਤ ਸੇ ਅਸੀਂ ਪੰਜਾਬੀ ਬੋਲੀ, ਮੈਂ ਕਿਆ ਕਹਿ ਰਹੀ ਹੂੰ ਤੋ ਅਭੀ ਮੈਂ ਕਹਿ ਰਹੀ ਥੀ ਕਿ ਮੈਂ ਬਿਲਕੁਲ ਵੀ ਅੱਛੀ ਨਹੀਂ ਲੱਗ ਰਹੀ ਅੱਜ ਕੱਲ੍ਹ, ਮੈਂ ਸੌਂਗਸ ਨਹੀਂ ਗਾਉਂਦੀ ਹਾਂ, ਮੈਂ ਓਨਲੀ ਔਰ ਓਨਲੀ ਕੁਛ ਨਹੀਂ ਕਹਿ ਰਹੀ, ਮੈਨੂੰ ਪੰਜਾਬੀ ਸੌਂਗਸ ਪਸੰਦ ਹੈ ਬਟ ਮੈਨੂੰ ਪੰਜਾਬੀ ਨਹੀਂ ਆਉਂਦੀ, ਮੈਂ ਕਹਿ ਰਹੀ ਹਾਂ ਨਾ ਮੈਨੂੰ ਪੰਜਾਬੀ ਬੜੀ ਪਸੰਦ ਹੈ ਬਟ ਮੈਂ ਨਹੀਂ ਗਾ ਸਕਦੀ ਨਾ ਬੋਲ ਸਕਦੀ ਹਾਂ, ਸੋ ਮੁਝਸੇ ਬੋਲਣਾ ਨਹੀਂ, ਲਾਈਕ ਕਰੋ ਸਬਸਕ੍ਰਾਈਬ। ਔਰ ਇਹ ਕਿਆ ਹੋ ਰਿਹਾ, ਔਰ ਅਭੀ ਮੈਂ ਵੀਡੀਓ ਬਣਾ ਕਰ ਹਟੀ ਹਾਂ, ਇੱਕ ਵੀਡੀਓ ਬਣਾਈ ਹੈ ਮੈਂ, ਇਨਸ਼ਾਅੱਲਾ ਇਹ ਵੀਡੀਓ ਆਏਗੀ ਜਲਦੀ ਆਏਗੀ, ਔਰ ਦਿਸ ਇਜ਼ ਅ ਬੈਗ ਜੋ ਮੈਂ ਦਿਖਾਇਆ ਹੈ ਜਿਸਕੇ ਬਾਰੇ ਮੈਂ ਵੀਡੀਓ ਬਣਾਈ ਹੈ, ਆਏਗੀ ਜ਼ਰੂਰ ਆਏਗੀ ਆਪ ਦੇਖੇਂਗੇ। ਔਰ ਮੈਂ ਅਭੀ ਆਰਾਮ ਸੇ ਬੈਠ ਚੁੱਕੀ ਹੂੰ, ਇਹ ਮੇਰੀ ਅੰਮੀ ਹੈ ਮੇਰੀ ਮੰਮਾ ਹੈ ਜੋ ਹੱਥ ਨਾਲ ਖੇਡਦੀ ਕਰਦੀ ਰਹਿੰਦੀ ਹੈ ਜੋ ਵੀ ਉਹ, ਸੋ ਮੈਂ ਕੀ ਕਹਿੰਦੀ ਸਹੀ ਹਾਂ ਕੀ ਕਰਨ ਪਈ ਹਾਂ, ਸੋ ਮੈਂ ਅੱਜ ਸੇ ਪੰਜਾਬੀ ਬੋਲਾਂ, ਆਪਣੀ ਪੰਜਾਬੀ ਸੁਧਾਰਾਂਗੀ ਔਰ ਸਾਥ ਹੀ ਸਾਥ ਮੇਰੀ
बोल बत्ती आप भी सुनेंगे, सुनोगे आप लोग भी, क्योंकि मैं अकेली नहीं सुनने वाली। थोड़ी सी उर्दू हो चुकी है, कोई मसला नहीं, मुझे इतनी उर्दू भी कितनी पंजाबी नहीं आती। सो नेक्स्ट इज के जो मैं बात बता रही थी कि अभी मैं वीडियो, आपको पता है कि वीडियो बनने वाली, वीडियो बनाने वाली मेरी अम्मी ने मैनू इतना तंग कर दिए, जैसे मैं परेशान आ चुकी हूँ इस घर से, मैं परेशान आ चुकी हूँ। पहले तो उर्दू बोली नहीं, सब्सक्राइब करिएगा, लाइक भी करिएगा। हाँ, मेरी अम्मी मैनू इतना ये कर दिए कि मैं केक करा जा बैठी होती है कि मेरी बेइज्जती शुरू हो जाती है। मेरी अम्मा मैंने इतना जलील कर दिया कि मैं केक करना, केक खाया, केक कहाँ, आई डोंट नो कि कहाँ क्या केक करा। सो माँ तो माँ हों दिया, आई लव माई मॉम। आपको भी अपनी तुसी सब सबको भी तुसी सबको भी तुसी अम्मी पसंद होगी, मुझे उन्नी पंजाबी आ गया, तो तुसी सबको भी तुसी सबको भी तारी अम्मी पसंद होगी। मेरी अम्मी भी मुझे बहुत पसंद है। सो आज के लिए इतना ही, मैं इंट्रो भी इसकी तरह, आज के लिए इतना ही। अगर ये वीडियो तेनु सब नू पसंद आई आ तो प्लीज़ कमेंट करिया एंड सब्सक्राइब करिया एंड लाइक करिया। अगर अच्छी लगी तो आप बताएं, मैं और वीडियो पंजाबी की बोली के साथ बनाऊंगी। अभी आप सोच होंगे कि मैंने उर्दू क्यों बोली, इस वजह से बोली है क्योंकि नहीं, मुझसे इंग्लिश उर्दू नहीं आती। अगर आपको अच्छी लगी तो, आपको मेरी फजूल की बब्बा अच्छी लगी तो प्लीज़ कमेंट करिएगा, लाइक करिएगा, और साथ ही साथ बस कर दें, ये तो अपने एक्शन शुरू हो गए इनके। सो बाय बाय।